ਉਹ ਭੈਣ ਤੂੰ ਤਾਂ ਆਹ ਟਾਈਮ ਆ ਗਿਆ ਦੇਖ ਲਾ, ਕੋਈ ਕੰਮ ਕਰਕੇ ਤਾਂ ਰਾਜ ਨਹੀਂ, ਚੋਰੀਆਂ ਦੇ ਲੱਕ ਬੰਨ ਛੱਡਿਆ, ਅੱਧਾ ਪੰਜਾਬ ਨਸ਼ੇ ਕਰਨ ਲੱਗ ਗਿਆ ਯਾਰ। ਸਾਲਾ ਚੋਰੀਆਂ ਕਰਕੇ ਉਹ ਕਰਦੇ ਨੇ, ਨਸ਼ੇ ਕਰਦੇ ਨੇ, ਹੋਰ ਕਰਦੇ ਨੇ, ਰਾਤਾਂ ਨੂੰ ਚੋਰੀਆਂ ਕਰਦੇ ਨੇ, ਦਿਨੇ ਸੁੱਤੇ ਪੈ ਰਹਿੰਦੇ ਨੇ। ਦਾ ਟਾਈਮ ਆ ਗਿਆ ਹੋਰ ਯਾਰ। ਚਾਚਾ ਜੀ ਸਤਿ ਸ੍ਰੀ ਅਕਾਲ। ਉਹ ਸਤਿ ਸ੍ਰੀ ਅਕਾਲ ਚਾਚਾ ਜੀ, ਇੱਥੇ ਕਿਵੇਂ ਖੜੇ ਹੋ ਤੁਸੀਂ? ਆਪਣੇ ਨਾਲੇ ਚੋਰੀ ਹੋ ਗਈ ਆਪਣੇ ਘਰੇ ਰਾਤ। ਖੜ ਜਾ ਯਾਰ, ਐਡੀ ਵੱਡੀ ਚੋਰੀ ਨੀ ਹੋਈ, ਇੱਕ ਤਾਂ ਭਾਂਡੇ ਚੋਰੀ ਹੋਣੇ, ਇੱਕ ਸਿਲੰਡਰ ਚੋਰੀ ਹੋਇਆ। ਫਿਰ ਮੈਂ ਮੰਨ ਜੂਗੀ ਕਿ ਮੈਂ ਘਰ ਨੂੰ ਮੁੜ ਜਾ। ਕਿਉਂ ਮੁੜ ਜਾ, ਜਾ ਕੇ ਅੰਦਰ ਪੋਚੇ ਲਾ ਕੰਮ ਕਰ, ਭਾਂਡੇ ਹੋਰ ਲਿਆਵਾਂਗੇ। ਉਹੀ ਕਰੀ ਜਾਂਦੀ ਰਹਿੰਦੀ ਆ। ਚੋਰੀ ਦਾ ਛੋਟੀ ਹੋਈ ਆ ਯਾਰ, ਭੈਣ ਚੋਦੀ ਅੱਜ ਚੋਰੀ ਕਰੀ, ਕੱਲ ਨੂੰ ਫੇਰ ਚੋਰੀ ਕਰਨਗੇ ਸਾਲੇ। ਪੁਲਿਸ ਨੂੰ ਤਾਂ ਬੁਲਾਇਆ ਹੋਇਆ, ਪੁਲਿਸ ਵਾਲੇ ਤੈਨੂੰ ਪਤਾ ਹੈਗਾ ਆਪਣੇ ਪੰਜਾਬ ਚ ਤਾਂ ਲੇਟ ਹੀ ਆਉਂਦੀ ਹੈ, ਬਹੁਤ ਲੇਟ ਆ, ਜਦੋਂ ਬੰਦਾ ਮਰ ਮੁਰ ਜਾਂਦਾ ਉਹਦੀ ਆਉਂਦੇ ਨੇ। ਗਰਮੀ ਬਾਲਾ ਚਿਰ ਪੈ ਗਈ ਹੈ ਮੇਰੇ ਛਾਲੇ ਦੀ, ਪਤਾ ਨੀ ਮਾੜੀ ਜੀ ਚੋਰੀ ਆ, ਮੇਰੇ ਛਾਲੇ ਨੇ ਪੁਲਿਸ ਸੱਦ ਲਈ ਵੀ ਹੋਏ ਤਾਂ ਭਾਂਡੇ ਚੋਰੀ ਆ, ਗਾਹ ਛਿੰਦ ਬੈਂਕ ਲੁੱਟੀ ਗਈ, ਚੱਲ ਭਾਂਡਾ ਚ ਆਪਾਂ ਵੀ ਸਵਾਦ ਲੈਂਦੇ ਆ, ਚੱਲ ਕੇ ਆ ਜਾ। ਚੋਰੀ ਅੰਦਰ ਹੋਈ ਆ ਸਾਹਿਬ ਜੀ, ਚੋਰੀ ਆ ਜਾਓ ਦਿਖਾਉਣਾ ਤੁਹਾਨੂੰ, ਗੁਆਂਢੀ ਨੇ ਸਾਡੇ ਸਾਰੇ ਠੀਕ ਆ ਜੂ ਵੀ ਆ। ਇੱਕ ਤਾਂ ਤੁਸੀਂ ਪੀ ਕੇ ਨਾ ਸ਼ਰਾਬ ਭਾਨਾ ਸਿਆ ਟੌਰ ਨਾਲ ਸੌ ਜਾਂਦੇ ਹੋ, ਬਾਹਰੇ ਤੁਹਾਨੂੰ ਪਤਾ ਹੀ ਲੱਗਦਾ ਕੀ ਹੋਈ ਜਾਂਦਾ। ਗਰਮੀ ਬੜੀ ਆ ਜੀ, ਗਰਮੀ ਵਾਲੂ ਆ, ਦਾਰੂ ਤੋਂ ਬਿਨਾਂ ਨਹੀਂ ਸਾਰ ਦੇ। ਬੈਠੋ ਜੀ, ਬੈਠੋ ਬੈਠੋ ਜੀ, ਬੈਠੋ ਸਾਹਿਬ ਜੀ, ਆਓ ਬੈਠੋ, ਆਏ ਨੰਬਰਦਾਰ ਸਾਹਿਬ ਇੱਥੇ ਬੈਠੋ ਜੀ। ਨਾ ਚੋਰ ਫਿਰ ਤੁਸੀਂ ਦੇਖੇ ਨਹੀਂ ਪੂਰਾ ਵੀ ਹਾਲ ਚਾਲ ਹੁੰਦੀ। ਓਏ ਚੋਰ ਤਾਂ ਹੁਣ ਕੀ ਦੱਸੀ, ਰਾਂ ਅੰਦਰ ਪੈ ਸੀਗਾ, ਪਾਣੀ ਲੈ ਆਈ ਕੁੜੀਏ। ਪਾਣੀ ਦਾ ਕੋਈ ਗੱਲ ਨਹੀਂ ਜੀ, ਪਾਣੀ ਦਾ ਕੋਈ ਗੱਲ ਨਹੀਂ ਸਾਹਿਬ ਜੀ, ਜਿਹੜਾ ਕੰਮ ਹੋਣ ਵਾਲਾ ਹੋਗਾ ਪਾਣੀ ਤੁਹਾਨੂੰ ਤਾਂ ਪੀਓ। ਕੀ ਹੋਇਆ ਚੋਰੀ? ਚੋਰੀ ਦੇਖੋ ਜੀ, ਉੱਥੇ ਨਾ ਭਾਂਡੇ ਪਏ ਜੀ, ਉੱਥੇ ਨਾਲ ਸਿਲੰਡਰ ਪਿਆ ਸੀਗਾ, ਸਾਰਾ ਸਮਾਨ ਚੱਕ ਕੇ ਭੱਜ ਗਏ ਥਾਣੇਦਾਰ ਸਾਹਿਬ। ਗੱਲ ਇਹ ਆ ਕਿ ਅੱਜ ਛੋਟੀ ਚੋਰੀ ਹੋਈ ਆ, ਕੱਲ ਨੂੰ ਵੱਡੀ ਚੋਰੀ ਹੋ ਸਕਦੀ ਹੈ। ਚੱਲ ਕੋਈ ਨੀ ਕੋਈ ਨੀ, ਕਰਦੇ ਕਰਦੇ ਦਾ ਇੱਧਰ ਦੇ, ਪਹਿਲਾਂ ਇੱਧਰ ਦੇਣ ਲੱਗੀ, ਪਹਿਲਾਂ ਸਾਹਿਬ ਨੂੰ ਪਾਣੀ ਦੇ ਦਾ ਕਰਦੇ ਬੰਦੇ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਚੋਰ ਨੂੰ ਛੱਡਿਓ ਨਾ ਜੀ, ਫਾਂਸੀ ਦੇ ਦਿਓ। ਲੈ ਫਾਂਸੀ ਦੇ ਲਓ, ਉਹਨੇ ਕਤਲ ਕੀਤਾ ਹੋਵੇ, ਕਮਲੇ ਵਾਂਗੂ ਬੋਲਿਆ, ਛੋਡੇ ਵਰਗੇ ਜਨਾਨੀ ਬੰਦੇ ਮਰਵਾ ਦਿੰਦੀਆਂ ਨੇ, ਗੁੱਤ ਪਿਛੇ ਮੱਤ ਹੁੰਦੀ ਆ, ਉਹੀ ਬੋਲੀ ਜਾਣੇ ਕੁੱਤੇ। ਉਹ ਜਨਾਨੀ ਕਾਹਨੂੰ ਆ, ਮੇਰੀ ਠੰਡਦਾਰ ਸਾਹਿਬ ਦਾ ਕੰਮ ਵਾਲੇ ਰੱਖ ਲਾ ਆਏ ਜਾ ਲੱਭਿਆ। ਚੱਲ ਜਾ ਜੱਕ ਜਾ, ਤੂੰ ਤੇਰਾ ਇੱਥੇ ਕੋਈ ਕੰਮ ਨਹੀਂ ਬੰਦਾ, ਜਾ ਜਾ ਅੰਦਰ ਜਾ ਕੇ ਕੰਮ ਕਰ। ਹਾਂਜੀ ਸਰਪੰਚ ਸਾਹਿਬ ਹੁਣ ਦੱਸੋ ਫਿਰ। ਬਸ ਗੱਲ ਇਹੀ ਆ ਵੀ ਅੱਜ ਛੋਟੀ ਚੋਰੀ ਹੋਈ ਆ, ਕੱਲ ਨੂੰ ਵੱਡੀ ਚੋਰੀ ਹੋਈ ਆ, ਛੱਡੇ ਰਾਉਣ ਰਾਕੜ ਦੋ ਜਿਹੜਾ ਵੀ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਸਾਰਾ ਕੋਈ ਨੋਟ ਕਰ ਪਈ ਹੋਏ, ਇਹਦਾ ਨਾਮ ਆ ਭਾਨਾ ਸਿੰਘ, ਠੀਕ ਹੈ, ਚੋਰੀ ਭਾਂਡੇ ਹੋਏ, ਉਹ ਅੰਦਰ ਵੜ ਜਾ ਤੂੰ, ਥਾਪੜਾ ਮਾਰੂ ਮਤਰ। ਚਾਚਾ ਜੀ ਮਾਏ ਪੁੱਛਦੀ ਵੀ ਚਾਹ ਤਰ ਲਾ। ਚਲ ਬਸ ਤੇ ਨਹੀਂ ਵੀ ਜਾ ਤੂੰ ਯਾਰ, ਜਾਣ ਦੇ ਯਾਰ, ਚਲ ਉਹ ਗੱਲ ਸੁਣ ਮੇਰੀ, ਇੱਧਰ ਲਗਾਓ ਮੜਾ ਯਾਰ, ਦੱਸਿਓ ਮੜਾ ਯਾਰ, ਕੀ ਚੋਰੀ ਹੋਇਆ? ਇੱਕ ਦਾ ਸਿਲੰਡਰ ਚੋਰੀ ਹੋਇਆ ਜੀ। ਹਾਂਜੀ। ਇੱਕ ਭਾਂਡੇ ਸੀਗੇ ਆਪਣੇ ਜਿਹੜੇ ਘਰ ਵਾਲੇ ਹੁੰਦੇ ਨੇ ਜੀ। ਭਾਂਡੇ ਪਤੀਲਾ ਦਾ ਨਹੀਂ ਚੋਰੀ ਹੋਇਆ? ਪਤੀਲਾ ਵੀ ਚੋਰੀ ਹੋਇਆ, ਵਿੱਚੋਂ ਜੇ ਕੁੱਕਰ ਸੀਗਾ ਨਾਲ, ਜਿਹੜੇ ਸਾਰੇ ਭਾਂਡੇ ਉੱਥੇ ਬਾਹਰ ਹੀ ਧੋ ਕੇ ਰੱਖ ਦਿੰਦੇ ਆ ਸਾਡੇ ਕੰਮ ਵਾਲੀ, ਉਹ ਸਾਰੇ ਚੱਕ ਕੇ ਭੱਜ ਗਿਆ। ਤੇ ਚੱਲ ਇਹ ਤਾਂ ਠੀਕ ਹੈ, ਲੇਖ ਲੈ ਕਿਸੇ ਬੰਦੇ ਦੇ ਸ਼ੱਕ ਹੋਵੇ ਸਾਨੂੰ।
ਸ਼ੱਕ ਤਾਂ ਹੁਣ ਕਿਹਦੇ ਤੇ ਕਰੀਏ ਜੀ ਹੁਣ, ਇਹ ਕੀ ਪਤਾ ਲੱਗਦਾ ਕਿਹੜਾ ਚੋਰ ਅੱਜ ਕੱਲ੍ਹ ਦਾ ਪੰਜਾਬ 'ਚ ਹਰ ਕੀ ਚੋਰ ਬਣਿਆ ਫਿਰਦਾ, ਕਿਸੇ ਨਾਲ ਤੁਹਾਡੀ ਲਾਗ ਡਾਟ ਹੋਵੇ? ਲਾਗ ਡਾਟ ਦਾ ਅੱਧਾ ਪਿੰਡ ਸਾਡਾ ਚੋਰਾਂ ਦਾ ਨਸ਼ੇੜੀ ਹੈ ਜੀ। ਅੱਛਾ, ਹੋਰ ਤੁਹਾਨੂੰ ਪਤਾ ਰਾਤ ਨੂੰ ਕਰਦੇ ਨੇ ਚੋਰੀਆਂ, ਦਿਨੇ ਖਾ ਕੇ ਨਸ਼ਾ ਸੌਂ ਜਾਂਦੇ ਨੇ, ਫਿਰ ਵੀ ਸ਼ੱਕ ਹੋਣੇ ਆ ਕਿਸੇ ਤੇ ਵੀ, ਜਿਹੜਾ ਸ਼ੱਕ ਹੋਣ ਦੇ, ਜੇ ਸ਼ੱਕ ਦੇ ਆਧਾਰ ਤੇ ਫੜਨਾ ਅੱਧਾ ਪਿੰਡ ਤੁਹਾਨੂੰ ਫੜਨਾ ਪਊਗਾ। ਅੰਦਰ ਹੀ ਵਾਗੇ ਪੁਲਿਸ ਵਾਲੇ, ਉਹ ਕੁੱਠ ਬਹੁਤ ਹੋਇਆ ਪਿਆ, ਲੈ ਡੇ ਛਵਾਦ ਹੋਰ ਨੇ ਮੇਰੇ ਛਾਲਾ ਰੌਲਾ ਨਿਪੜ ਜੇ ਜਾਂਦਿਆਂ ਨੂੰ ਦੇਖਣਗੇ ਚਿਹਰਾ ਕੁਛ। ਅੱਛਾ, ਫਿਰ ਸ਼ੱਕ ਤੁਹਾਨੂੰ ਹੈ ਨਹੀਂ ਗਿਆ ਤੇ ਹੁਣ ਸ਼ੱਕ ਕਿਹਦੇ ਕਰੀਏ ਜੀ ਹੁਣ? ਤੇ ਲਾਸਟ ਵਾਰੀ ਜਦੋਂ ਤੁਸੀਂ ਰਾਤ ਨੂੰ ਕੁੰਡਾ ਬੰਦ ਕੀਤਾ ਗੇਟ ਦਾ, ਉਦੋਂ ਕੋਈ ਬੰਦਾ ਦੇਖਿਆ ਹੋਵੇ? ਬੰਦੇ ਤਾਂ ਸਾਰਾ ਦਿਨ ਸੜਕ ਤੇ ਤੁਰੇ ਫਿਰਦੇ ਰਹੇ, ਮਲੰਗੜੇ ਜੇ ਸਾਡੇ ਪਿੰਡ ਦੇ 36 ਤੁਰੇ ਫਿਰਦੇ ਰਹੇ। ਨਹੀਂ, ਕੋਈ ਪਹਿਲੀ ਵਾਰ ਬੰਦਾ ਹੁੰਦਾ ਕਿ ਘਰ ਦੇ ਨੇੜੇ ਤੇੜੇ ਫਿਰਦਾ ਤੁਰਦਾ ਨਜ਼ਰ ਆਉਂਦਾ? ਪਹਿਲੀ ਵਾਰ ਤਾਂ ਹੁਣ ਸੜਕ ਆ ਨਾ ਮੇਨ, ਤਾਂ ਸੜਕ ਦੀ ਗੱਲ ਕੋਈ ਨੀ। ਅੱਛਾ, ਫਿਰ ਟੋਟਲ ਤੁਹਾਡਾ ਮੇਰੇ ਹਿਸਾਬ ਨਾਲ ਵੀ 2-3 ਹਜ਼ਾਰ ਦਾ ਨੁਕਸਾਨ ਹੋਇਆ ਜੀ। ਹਾਂਜੀ, ਇੰਨਾ ਕੁ ਨੁਕਸਾਨ ਆ, ਗੱਲ ਤਾਂ ਇਹ ਵੀ ਹੁਣ ਤਾਂ 2-3 ਹਜ਼ਾਰ ਦਾ ਨੁਕਸਾਨ ਹੋਇਆ, ਲੱਖਾਂ ਰੁਪਈਆ ਦਾ ਸਮਾਨ ਪਿਆ ਮੇਰਾ ਛਾਲਾ ਗੱਤੀ ਹੈ। ਘਰੇ ਤਾਂ ਮੇਰੇ ਛਾਲੇ ਦੇ ਚੂਹੇ ਨੀ ਰਹਿੰਦੇ, ਦਾਣੇ ਤਾਂ ਘਰੇ ਖਾਣ ਨੂੰ ਨੀ ਪਿਆ, ਲੱਖਾਂ ਰੁਪਈਆ ਦਾ ਸਮਾਨ ਇਹਨਾਂ ਦੇ ਮੇਰਾ ਛਾਲਾ ਲਿਮਟਾ ਚੱਕੀ ਬੈਠਾ, ਕੱਖ ਨੀ ਬੱਲੇ ਮੈਨੂੰ ਪਤਾ ਯਾਰ। ਪੁਲਿਸ ਵੀ ਕਾਗਜ਼ ਕਾਲੇ ਕਰੀ ਜਾਂਦੀ ਹੈ, ਨਿਕਲਣਾ ਨੁਕਲਣਾ ਕੁਛ ਨੀ। ਛੋਟੇ ਛੋਟੇ ਸਵਾਦ ਲੈ, ਤੂੰ ਸਵਾਦ ਲੈ, ਗਹਿਰਿਆ ਗੱਲ ਕਰੀ। ਹੈ ਠੀਕ ਹੈ ਚੜਿਆ ਜੀ, ਪੁਲਿਸ ਵਾਲੇ ਨੇ ਤਾਂ ਕਾਗਜ਼ੀ ਕਾਲੇ ਕਰਨੇ ਆ, ਅੱਧਾ ਭਾਂਡੇ ਚੋਰ ਲੈ ਗਏ ਤੇ ਲੈ ਜਾਣਗੇ, ਸਵਾਦ ਲੈ। ਤੁਸੀਂ ਫਿਕਰ ਨਾ ਕਰੋ ਜੀ, ਚੋਰ ਕੱਢਣਾ ਸਾਡੀ ਜ਼ਿੰਮੇਵਾਰੀ ਹੈ, ਠੀਕ ਹੈ? ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਚੋਰ ਨੂੰ ਫੜ ਲੈਣਾ, ਪਟਾ ਦੇ ਪਟਾ ਚਾੜ ਦੇਣਾ ਮੇਰੇ ਸਾਲੇ ਤੇ। ਚਾੜੋ ਜੀ। ਉਹ ਤੁਸੀਂ ਫਿਕਰ ਨਾ ਕਰੋ, ਐਂ ਤਾਂ ਭੈਣ ਚੋਦਾ ਚੋਰ ਸਾਰਾ ਪਿੰਡ ਖਾਲੀ ਕਰ ਦੇਣਗੇ, ਅਸੀਂ ਚੋਰ ਨੂੰ ਫੜ ਕੇ ਇੰਨਾ ਭੈੜਾ ਫੈਂਟਾ ਚਾੜਾਂਗੇ ਨਾ, ਨਾਲ 4 ਚੋਰੀਆਂ ਹੋਰ ਵੀ ਮੰਨੂ ਸਾਲਾ। ਘੱਟ ਤੋਂ ਘੱਟ ਹੁਣ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਸਾਡੇ ਕੋਲੇ, ਘੱਟ ਘੱਟ 10 ਕੇਸ ਡੇਲੀ ਚੋਰੀਆਂ ਦੇ ਆ ਰਹੇ ਨੇ ਜੀ। ਉਹ ਮੈਂ ਕਿਹਾ ਜੀ ਪਤਾ ਕੀ ਆ, ਤੁਸੀਂ ਫਿਕਰ ਨਾ ਕਰੋ, ਆਹ ਜਿਹੜੇ ਹਿਸਾਬ ਨਾਲ ਤੁਹਾਡੀ ਚੋਰੀ ਹੋਈ ਹੈ ਨਾ, 2-3 ਹਜ਼ਾਰ ਦੀ ਚੋਰੀ ਹੋਈ ਆ, ਆਹ ਦੇਖ ਲਓ, ਕੁੱਕਰ, ਸਿਲੰਡਰ, ਭਾਂਡੇ, ਭਾਂਡਿਆਂ ਬਾਟੀਆਂ ਬੂਟੀਆਂ ਜਾਂ ਪਤੀਲਾ, ਇਹ ਸਾਰਾ ਟੋਟਲ ਆਇਆ ਸਾਲ, 2-3 ਹਜ਼ਾਰ ਦਾ ਨੁਕਸਾਨ ਹੋਇਆ। ਇਹ ਸਾਲਾ ਨਸ਼ੇੜੀ ਸਰ ਦਾ ਫੁੱਦੂ ਬੰਦੇ ਦਾ ਕੰਮ ਹੈ ਇਹੋ ਜਿਹੀ ਚੋਰੀ ਕਰਨੀ। ਓ ਜਨਾਬ, ਕਿਸੇ ਫੁੱਦੂ ਬੰਦੇ ਦਾ ਕੰਮ ਨਹੀਂ, ਇਹ ਕਿਸੇ ਦਿਮਾਗ ਵਾਲੇ ਬੰਦੇ ਦਾ ਕੰਮ ਹੈ, ਚੋਰੀ ਕਰਨੀ ਕਿਤੇ ਚਖੇਲੀ ਪਈ ਹੈ। ਓ ਬੈਜਾ ਬੈਜਾ, ਓ ਚੱਪ 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 ਚੱਪ, ਓ ਬੰਦੇ ਨੂੰ ਸਾਰਾ ਪਤਾ ਯਾਰ, ਉਹ ਇੱਥੇ ਰਹਿੰਦਾ ਨਾ ਪਿੰਡ 'ਚ, ਤੂੰ ਗੱਲ ਦੱਸ ਰਿਹਾ ਕਿ ਦੱਸ ਮੈਨੂੰ ਕੀ ਗੱਲ ਹੈ ਜਨਾਬ ਦੇ ਮੂਹਰੇ ਨੇ ਬਾਹਰ ਸਸਪੈਂਡ ਹੋ ਜਾਏਗਾ ਜਦੋਂ ਚੱਪ ਚੱਪ ਬੋਲੀ ਨਾ, ਬੋਲੀ ਨਾ, ਚੱਪ ਚੱਪ ਉਹਦੀ ਗੱਲ ਸੁਣ ਲੈ। ਅੱਛਾ ਅਫਸਰ ਗੱਲ ਕਰ ਰਿਹਾ, ਆ ਜਾ ਜਾ ਲੱਭ ਆ ਕੇ ਦੱਸੋ ਜਨਾਬ, ਕਿਸੇ ਦਿਮਾਗ ਵਾਲੇ ਬੰਦੇ ਦਾ ਕੰਮ ਹੈ, ਕਿਸੇ ਲੰਡੂ ਬੰਦੇ ਦਾ ਕੰਮ ਨਹੀਂ, ਚੋਰੀਆਂ ਕਰਦੇ ਕਿਤੇ ਛਕਾਲੀਆਂ ਪਈਆਂ। ਸਹੀ ਗੱਲ ਆ, ਸਹੀ ਗੱਲ ਆ, ਤੂੰ ਦੱਸ ਗੱਲ ਕੀ ਹੋਈ? ਹਾਂ, ਮੈਂ ਤੁਹਾਨੂੰ ਸਾਰੀ ਗੱਲ ਦੱਸਦਾ, ਮੈਂ ਤੇ ਬਹਿ ਜਾ ਜੀ। ਉੱਠ ਵੇ ਸਾਡੇ ਦੇ ਕੁਰਸੀ, ਹਾਂ ਆ ਜਾ, ਉਰੇ ਆ ਜਾ, ਉਰੇ ਆ ਜਾ, ਉਰੇ ਆ ਜਾ, ਤੂੰ ਐਂ ਕਰ ਕਾਕਾ ਇੱਧਰ ਜਾ। ਹਾਂ, ਇਹ ਜੀ ਜਿਹੜੀ ਚੋਰੀ ਹੈ, ਮੈਂ ਤੁਹਾਨੂੰ ਦੱਸਦਾ ਕਿਵੇਂ ਹੋਈ ਹੋਈ, ਜੇ ਮੇਰੀ ਗੱਲ ਚ ਝੂਠ ਨਿਕਲਿਆ ਹੈ, ਡੰਡਿਆ ਛੋਟਾ ਟੂਈ ਮੇਰੀ ਕੋੜ ਪਟਕਾ ਲਿਆਲ ਕਰ ਦਿਓ। ਚੱਲ ਦੱਸ ਦੱਸ, ਚੋਰ ਨੇ ਇਹਨਾਂ ਦੇ ਬਾਜ਼ਾਰ ਚ ਦੀ ਮਾਰਿਆ ਹੋਊ ਜਿਹੜਾ, ਪਹਿਲਾਂ ਚੋਰ ਇੱਧਰ ਨਿਕਲਿਆ ਹੋਊ, ਫਿਰ ਇੱਧਰ ਨਿਕਲਿਆ ਹੋਊ, ਦੇਖਿਆ ਬੱਚੀ ਅੱਛਾ ਜੀ ਸੁੱਤਾ ਪਿਆ, ਮਾਰ ਕੇ ਕੰਧ ਤਾਂ ਉਹਦੀ ਛਾਲ, ਜਦੋਂ ਮਾਰੀ ਵਿਹੜੇ ਚ ਛਾਲ, ਕੁੱਤਾ ਭੌਂਕਿਆ ਹੋਊ, ਚਾਚਾ ਬੋਲਿਆ ਹੋਊ, ਕਿਹੜਾ ਕਿਉਂ ਚਾਚਾ? ਹਾਂ ਕੁੱਤਾ ਭੌਂਕਿਆ ਸੀਗਾ ਰਾਤ, ਕੁੱਤਾ ਹੋਣਾ, ਜਦੋਂ ਕੁੱਤਾ ਭੌਂਕਦਾ ਭੌਂਕਦਾ ਜਦੋਂ ਇਹਨਾਂ ਦੇ ਆਇਆ ਹੋਣਾ ਗੇਟ ਮੂਹਰੇ, ਚੋਰ ਨੇ ਦੇਖਿਆ ਹੋਣਾ ਮੇਰਾ ਛਾਲਾ 6:47 ਵੇਲੇ ਦਾ ਜਿੰਦਾ ਲੌਂਕੀ ਜਾਂਦਾ ਵੀ ਖੁੱਲਣਾ ਨੀ, ਚੋਰ ਨੇ ਮਾਰੀ ਛਾਲ ਰਸੋਈ ਚ ਵੜ ਗਿਆ, ਉੱਥੇ ਇੱਕ ਖਾਲੀ ਗੈਸ ਸਿਲੰਡਰ ਚੱਕਿਆ ਹੋਊ, ਭਾਂਡੇ ਇੱਕ ਬੋਰੀ ਚ ਪਾਲੇ ਹੋਣੇ,
ਚੋਰ ਐਂ ਦੀ ਤੁਰਿਆ ਜਾਂਦਾ ਓ ਬਸ ਕਰ ਬਸ ਕਰ ਉਹੀ ਐਂ ਤੁਰਿਆ ਜਾਂਦਾ ਉਹੀ ਵਕੀਲ ਬਣਿਆ ਬੇਟਾ ਸਾਹਿਬ ਜੀ ਕੁਛ ਨਹੀਂ ਦੱਸਣਾ ਇਹਨੇ ਓਏ ਤੂੰ ਚੁੱਪ ਤਾਂ ਕਰ ਜਾ ਯਾਰ ਕਿਉਂ ਉਹੀ ਕੁੱਤੇ ਵਾਂਗੂ ਭੌਂਕੀ ਨਾ ਮੁਰਗੀ ਜਾਲ ਚ ਫਸੀ ਜਾਂਦੀ ਹੈਗੀ ਐ ਓ ਨਾ 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 ਡਾ 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 ਜਨਾਬ ਮੁਰਗੇ ਦੀ ਕੋਈ ਲੋੜ ਨਹੀਂ ਆਪਾਂ ਛਮਾ ਛੇ ਵੀ ਕੁ ਬੰਦੇ ਆ ਆਪਾਂ ਬੱਚ ਜੀ ਮਿਹਰਬਾਨੀ ਤੁਸੀਂ ਜੀ ਅੱਗੇ ਛੋੜੋ ਗੱਲ ਕੀ ਹੋਈ ਹਾਂ ਹਾਂ ਤੂੰ ਅੱਗੇ ਗੱਲ ਦੱਸ ਹਾਂ ਅੱਗੇ ਜੀ ਚੋਰ ਗਿਆ ਹੋਊ ਫਿਰ ਛੋਈ ਨੂੰ ਛਿੰਦਾ ਛੋਈ ਚ ਜਾ ਕੇ ਚੋਰ ਨੇ ਸਾਰੇ ਭਾਂਡੇ ਕਰੇ ਹੋਣੇ ਇਕੱਠੇ ਪਾਲੇ ਹੋਣੇ ਇੱਕ ਬੋਰੇ ਚ ਨਿਆਲੀ ਚੋਰ ਦੇ ਸਿਲੰਡਰ ਨੇ ਕਿਹਾ ਪਿਆ ਚੋਰ ਨੇ ਕਿਹਾ ਮੇਰਾ ਛਾਲਾ ਇਹ ਕਹਿੰਦਾ ਛੱਡਣਾ ਚੋਰੀ ਕੱਖ ਦੀ ਵੀ ਚੋਰੀ ਲੱਖ ਦੀ ਵੀ ਚੋਰ ਨੇ ਇੱਕ ਹੱਥ ਸਿਲੰਡਰ ਫੜਿਆ ਇੱਕ ਹੱਥ ਚੱਕੀ ਬੋਰੀ ਤੁਰਿਆ ਜਾਦਾ 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 ਹੋ ਖੂੰਜੇ ਤੇ ਜਾ ਵੜਿਆ ਹੋਊ ਚੋਰ ਨੇ ਸੋਚਿਆ ਮੇਰੇ ਛਾਲੇ ਦੀ ਕੰਧ ਬਾਹਲੀ ਵੱਡੀ ਹੈ ਜੇ ਇੱਥੋਂ ਟੱਪਣ ਲੱਗੇ ਲੱਤ ਬਾਹ ਟੁੱਟੂ ਟੁੱਟੂ ਚੋਰ ਗਾਹ ਦੀ ਹੁੰਦਾ ਦੇਖਿਆ ਚੋਰ ਨੇ ਵੀ ਹੋ ਕੰਧ ਨਾਲ ਖੁਰਨੀ ਬਣੀ ਵੀ ਹੈ ਇੱਥੋਂ ਦੀ ਟੱਪ ਜੂ ਚੋਰ ਖੁਰਨੀ ਕੋਲੇ ਗਿਆ ਹੋਊ ਚੋਰ ਨੇ ਪਹਿਲਾਂ ਸਿਲੰਡਰ ਵਾਹ ਮਾਰਿਆ ਉਚਲਾ ਮੈਂ ਦੂਜੇ ਪਾਸੇ ਸਿਲੰਡਰ ਜਾਟ ਗਿਆ ਫਿਰ ਚੋਰ ਨੇ ਬੋਰੀ ਛਿੱਟੀ ਮੋਢੇ ਤੇ ਰੱਖ ਕੇ ਖੁਰਨੀ ਤੋਂ ਦੀ ਪੈਰ ਜਦੋਂ ਚੋਰ ਮਾਰ ਲੱਗਿਆ ਛਾਲ ਭਾਂਡੇ ਉੱਧਰ ਡਿੱਗ ਪਏ ਮੈਂ ਇੱਧਰ ਡਿੱਗ ਪਿਆ ਅੱਛਾ ਐ ਗੱਲ ਹੋਈ ਸਰਪੰਚ ਸਾਹਿਬ ਤੁਹਾਡੇ ਕੋਈ ਪਈ ਗੱਲ ਖਾਨੇ ਚ ਤਾਂ ਕੋਈ ਸਮਝ ਨਹੀਂ ਇਹਦੀ ਗੱਲ ਜੀ ਪਈ ਨੇ ਉਹ ਸਾਰੀ ਦਿਨੇ ਰਮਾਇਣ ਕਥਾ ਸੁਣਾਤੀ ਚੋਰ ਤਾਂ ਇਹ ਚੋਰ ਆ ਇਹਨੇ ਤੈਨੂੰ ਕਿਹਾ ਨਹੀਂ ਦੇਖ ਕਹਿੰਦਾ ਜਦੋਂ ਕਹਿੰਦਾ ਚੋਰ ਨੇ ਮਾਰੀ ਕਹਿੰਦਾ ਮੋਢੇ ਰੱਖ ਕੇ ਕਹਿੰਦੇ ਬੋਰੀ ਕਹਿੰਦਾ ਉੱਧਰ ਡਿੱਗ ਕੇ ਕਹਿੰਦਾ ਮੈਂ ਇੱਧਰ ਡਿੱਗ ਪਿਆ ਗੱਲ ਦੀ ਕੁੱਤਾ ਭੌਂਕਣ ਵਾਲਾ ਕਿਵੇਂ ਪਤਾ ਲੱਗਿਆ ਉਹੀ ਤਾਂ ਗੱਲ ਹੈ ਮੈਂ ਦੱਸ ਛੱਡ ਦਿਆ ਜੀ ਛੱਡ ਦਿਆ ਅੱਜ ਤਾਂ ਵੱਡੇ ਵੱਡੇ ਚੋਰ ਮਾਰ ਦਿੰਦੇ ਚਾ ਬੈਠ 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 ਗੱਡੀ ਓ ਚਾਚਾ ਬਚਾ ਲਿਆ ਲੈ 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 ਨਾ ਬੜੂ ਓ ਚਾਚਾ ਮੇਰੇ ਛਾਲੇ ਦੀ ਚੱਦਰੀ ਜਵਾਨ ਨੇ ਬਰਬਾਦ ਹੈ ਪੰਜ ਤਿਆਰੀ ਪਹਿਲਾ ਛੱਤਰ ਓਏ ਓਏ ਤੇਰੇ ਚਾਹ ਦਾ ਪਟਾ ਥਾਣੇ ਤੇ ਲਿਆ ਕੇ ਇਹ ਸਭ ਪੱਟ ਦੇ ਮਾਸ ਆਪਾਂ ਚੱਲ ਇਹਦੇ ਕੋਟਾ ਚੜਦੇ ਤੇ ਕੋਟਾ ਚੱਲ ਕੇ ਖੂਫੀਆ ਏਜੰਸੀ ਵਾਲਾ ਬੰਦਾ ਸੀ ਮੈਂ ਜੱਜਦਾ ਮੈਂ ਤੈਨੂੰ ਆਖਿਆ ਵੀ ਬਿਠਾਓ ਵੀ ਵਿੱਚ ਤੂੰ ਨਾ ਬੋਲਿਆ ਕਰ ਉਤੋਂ ਵਿੱਚ ਬੋਲਣ ਲੱਗੇ ਨਾ ਚਾ ਬੈਠ ਉਰਲੀ ਛੀਟ ਤੇ ਬਹਿ ਜਾ ਉਰਲੀ ਛੀਟ ਤੇ ਬਿਠਾਉਣ ਇਹਨੂੰ ਕਾਲੀ ਸਾਲਾ ਬੈਠ ਉਰਲੀ ਛੀਟ ਦਾ ਬੈਠ ਜਾ ਪੈ ਨਾ ਓ ਤੈਨੂੰ ਆਖਿਆ ਤੂੰ ਵਿੱਚ ਨਾ ਬੋਲ ਤੈਨੂੰ ਪਤਾ ਹੀ ਫੜਿਆ ਜਾਂਦਾ ਚੋਰ ਓ ਬੈਠ ਜਾ ਸਾਲਾ ਬਾਹਰ ਦੇ ਨਾ ਚੱਕ ਚਲ ਜਨਾਬ ਗੱਲ ਹੋ ਗਈ ਤੈਨੂੰ ਆਖਿਆ ਜਿਹੜਾ ਹੀ ਚੋਰ ਆ ਮੇਰਾ ਹਾਲਾਤ ਵੀ ਸਾਰੇ ਕਰੀ ਜਾਂਦੇ ਤੇ ਤੂੰ ਚੁੱਪ ਕਰ ਲੈ ਚੁੱਪ ਕਰ ਜਾ ਗੋਲੀ ਖਰਾਬ ਕਰ ਤੂੰ ਮੈਂ ਨਾ ਮੇਰਾ ਸਾਲਾ ਤੈਨੂੰ ਮੈਂ ਪਹਿਲਾਂ ਐ ਦੱਸ ਤੈਨੂੰ ਸ਼ਰਮ ਨਹੀਂ ਆਉਂਦੀ ਭੈਣ ਤੇਰਾ ਕੋਈ ਭਾਂਡੇ ਚੋਰੀ ਕਰਦਾ ਕੋਈ ਵੱਡੀ ਚੋਰੀ ਕਰ ਲੈ ਸਾਡਾ ਵੀ ਨਾ ਹੋ ਜਾਏ ਉਹ ਮੈਂ ਤਾਂ ਜਨਾਬ ਚਾਹ ਨਹੀਂ ਚੋਰੀ ਕਰਦਾ ਗਿਆ ਮੈਂ ਕਿਹਾ ਵੱਡੀ ਚੋਰੀ ਚ ਲੰਮੀ ਛਾ ਜਾ ਹੋ ਜੂ ਉਹ ਗੱਲ ਸੁਣ ਬੈਠ ਤੈਨੂੰ ਮੈਂ ਸੁਣ ਸੁਣ ਲੈ ਮੇਰੀ ਗੱਲ ਹੈ ਥਾਵੜਾ ਥਾ ਸਾਲਾ ਐ ਲੱਤ ਬੈਠ ਥਲੇ ਬੈਠ ਬਹਿ ਜਾ ਕੋਈ ਗੱਲ ਐ ਬੈਠਾ ਜਿਵੇਂ ਕਹਿੰਦਾ ਡੀਸੀ ਲੱਗਿਆ ਹੋਣਾ ਗੱਲ ਸੁਣ ਮੇਰੀ ਗੱਲ ਜੇ ਚੋਰੀ ਕਰਨੀ ਹੈ ਨਾ ਅੱਗੇ ਤੋਂ ਹਾਂ ਮਾੜੀ ਮੋਟੀ ਦੱਸ ਕੇ ਠੀਕ ਹੈ ਸਾਨੂੰ ਪਹਿਲਾਂ ਕਨਫਰਮ ਕਰਦਾ ਸੀ ਸਭ ਮੈਂ ਇੱਥੇ ਚੋਰੀ ਕਰਨੀ ਅੱਜ ਓਕੇ ਨਾ ਚੋਰੀ ਸੁਣ ਲੈ ਗੱਲ 50-60 ਹਜ਼ਾਰ ਤੋਂ ਘੱਟ ਕੋਈ ਚੋਰੀ ਨਹੀਂ ਕਰਨੀ ਠੀਕ ਹੈ ਜਨਾਬ ਠੀਕ ਹੈ 60% ਸਾਡਾ 40-13 ਠੀਕ ਹੈ ਜਨਾਬ ਇੱਕ ਗੱਲ ਹੋਰ ਦੱਸਾਂ ਤੈਨੂੰ ਹਾਂ ਉੱਥੋਂ ਲਿਆ ਕਰਾਂਗੇ ਜੇ ਚੋਰੀ ਤੇ ਫੜੇਗਾ 76 ਮਾਰ ਕੇ ਹਾਂ ਇੱਥੇ ਲਿਆ ਕੇ ਛੱਡ ਦਿਆ ਕਰਾਂਗੇ ਨਾਲੇ ਗੱਲ ਸੁਣ ਲੈ ਨਾਲੇ ਗੱਲ ਸੁਣ ਲੈ ਵੱਡਾ ਕੰਮ ਕਰ ਕੋਈ ਬੈਂਕ ਬੁੰਕ ਵਾਲਾ ਭੈਣ ਚੋ ਜੱਟਾਂ ਦੇ ਰੁਪਏ ਤੱਪੀ ਜਾਂਦੇ ਨੇ ਕੋਈ ਉਹ ਚ ਮਾਰ ਲੈ ਡਾਕਾ
ਚੱਕ ਦਿੰਦੇ ਆ ਫੱਟੇ ਫੇਰ ਅਸੀਂ ਤੇਰੇ ਨਾਲ ਆ ਠੀਕ ਹੈ ਸਾਹਿਬ ਜੀ ਇੱਕ ਹੋਰ ਵਾਲੀ ਵੱਡੀ ਗੱਲ ਨੂੰ ਸਮਝਾਓ ਸਾਲਾ ਨਾ ਖੂਫੀਆ ਏਜੰਸੀ ਵਾਲਾ ਏਜੰਟ ਬਣ ਗਿਆ ਮੈਂ ਦੱਸਣਾ ਕੀ ਬੋਲਣ ਦੀ ਲੋੜ ਸੀ ਜੱਟਾਂ ਦੇ ਘਰੇ ਤੈਨੂੰ ਹੁਣ ਤੂੰ ਪੂਰਾ ਪ੍ਰੋਫੈਸ਼ਨਲ ਚੋਰ ਬਣ ਠੀਕ ਹੈ ਇਹਨੂੰ ਐ ਕਰ ਆਪਾਂ ਇੱਥੇ ਛੱਡ ਦਿੰਦੇ ਆ ਠੀਕ ਆ ਆਪਾਂ ਚੱਲਦੇ ਆ ਹੁਣ ਅਗਲੀ ਚੋਰੀ ਸਾਨੂੰ ਦੱਸ ਕੇ ਕਰੀ ਥਾਣੇ ਚ ਆ ਜੀ ਫੋਨ ਲੈ ਕੇ ਚਾਰ ਪੰਜ ਦਿਨ ਸਰਪੰਚਾਂ ਦੇ ਗੇਟ ਚ ਨਾ ਜੇ ਚੰਗਾ ਨਾਲੇ ਜੇ ਪਿੰਡ ਚ ਕਿਹਨੇ ਪੁੱਛਿਆ ਕਹਿੰਦੇ ਮੇਰੇ ਤਾਂ ਬਾਲੀ ਡੰਗ ਫੇਰੀ ਠੀਕ ਆ ਲੰਘ ਗਿਆ ਮਾਰ ਕੇ ਨਾਲੇ ਸਾਨੂੰ ਪਹਿਲਾਂ ਫੋਨ ਕਰ ਦਿਆ ਕਰ ਠੀਕ ਆ ਪੁਲਿਸ ਸਟੇਸ਼ਨ ਆ ਜੀ ਨਾਲੇ ਕੋਈ ਗੱਲ ਨਹੀਂ ਜਰਾਬ ਹੁਣ ਤਾਂ ਮੈਂ ਪੰਜ ਬੰਦੇ ਰੋਜ਼ ਮਾਰ ਜਾ ਕਰੂੰ ਪੰਜ ਬੰਦੇ ਮਾਫ ਹੋ ਗਏ ਪੱਕ ਜਾ ਸਾਲਾ ਪੱਕ ਜਾ ਤੂੰ ਦਾਰੂ ਕੱਟ ਕੇ ਰੱਖੀ ਦਾਰੂ ਦੇਛੀ ਕੱਢੂ ਦੇਛੀ ਆਵਾ ਬਾ ਠੀਕ ਆ ਠੀਕ ਆ ਚਲੋ 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 ਥਾਣੇ ਚ ਲਾਓ ਗੱਡੀ ਭਾਂਜੋ ਮਰ ਗਈ।